मैं तेन ना नहीं की मैं तेन यह कह दिया वहां कुछ दिन रुक के ला जी तू एक गल ते सुई बन छड़ी आ फर्ज पूरे नी करदी बेफजूली नहीं दिते जांदे तेनू किने को बेफजूली दे दिंदा दिते जाणगे जदों टाइम आऊगा ना दवांगे चंगे भी लगते टाइम ते आए तो दिते हूं तो हूं ही सही की यार तू बड़ी अज खुश फिर गई है खुश की होना मैं उधर गई तो कि कमल होना दे घर आ कुकड़ा खोई होन डी इदा लग गया जो बोदो बोदी होए होंगे इन्नी आवाज आवे मैं फिर उत्थे खलोती तो इन्ना मैनू बोलन की आवाज आई तो मैं सारी गल्लां सुन के आई तेन मैं किन्नी क्या भी ना लोगों दजे गल सुनिया कर किन्नी तेन ये गल कही है दीदी आ तो ठीक है मेरे आ पर मेनू ढाडे वाले आ पसंद आए आ कुर्ते मैं कुर्ता दे दो आ वाला मैं तुम इसे करके पहले दसता है कि आ ढाडे आ ते आ मेरे आ पर मेनू नहीं मम्मी मैं आ चाहिए आ सोने आ मेनू दे दो इन्हां नूं कहो ਇਹਨਾਂ ਕਿ ਤੁਸੀਂ ਇੱਕ ਮੇਰਾ ਲੈ ਲਓ ਫਿਰ ਨਹੀਂ ਹੁਣ ਮੈਂ ਆਪਣੀ ਪਸੰਦ ਲੈ ਕੇ ਆਈ ਹਾਂ ਹੁਣ ਤੁਸੀਂ ਰਹਿਣ ਦਿਓ ਰੱਖੋ ਨਹੀਂ ਉਹੀ ਆ ਕੀ ਹੋਇਆ ਵੀ ਆਪ ਤੁਸੀਂ ਜਾ ਕੇ ਵਧੀਆ ਲੈ ਆਏ ਤੇ ਮੇਰੇ ਲਈ ਮਾੜੇ ਮੋਟੇ ਚੁੱਕ ਲਿਆਏ ਮਾੜੇ ਕਿੱਥੋਂ ਲਿਆਂਦੇ ਸੋਹਣੇ ਲਿਆਂਦੇ ਆ ਤੇ ਜੇ ਸੋਹਣੇ ਤੇ ਫਿਰ ਇੱਕ ਇਹਨਾਂ ਚ ਲੈ ਲਓ ਤੇ ਆਪਣੇ ਚ ਇੱਕ ਦੇ ਦਿਓ ਮੈਨੂੰ ਨਹੀਂ ਹੁਣ ਇਹ ਤੇ ਮੈਂ ਆਪਣੇ ਹਾਂ ਲਿਆਂਦੇ ਆ ਮੈਂ ਨਹੀਂ ਇਹ ਦੇਣੇ ਹੈਗੇ ਆਪ ਜਿਹੜੀਆਂ ਤੇ ਵਧੀਆ ਚੀਜ਼ਾਂ ਲੈ ਆਉਣੀਆਂ ਤੇ ਸਾਡੇ ਮੈਨੂੰ ਨਹੀਂ ਪਸੰਦ ਲੈ ਆ ਹੁਣ ਮੇਰੇ ਲਈ ਚੁੱਕ ਕੇ ਲੈ ਮੈਂ ਨਹੀਂ ਖਾ ਲੈਣੇ ਹੈ ਆਪਣੀ ਸਾਹਮਣੇ ਤੇ ਹੱਬੇ ਗਈ ਵਿੱਕੀ ਨੂੰ ਲੈਣ ਹੁਣ ਤੇ ਕੋਈ ਨੀ ਲੈ ਵੇ ਮੈਨੂੰ ਬੜਾ ਡਰ ਪਿਆ ਇਹਦਾ ਜਿਹਨੂੰ ਮਰਜ਼ੀ ਲੈ ਵੇ ਇੱਕ ਲਿਆ ਕੇ ਦੋ ਇੱਕ ਗੱਲਾਂ ਸੁਣੋ ਵਿੱਕੀ ਵਿੱਕੀ ਕਿੱਥੇ ਨੇ ਮੇਰੀ ਗੱਲ ਸੁਣੋ ਬਾਹਰ ਆਓ ਮੇਰੀ ਗੱਲ ਸੁਣੋ ਬਾਹਰ ਨਿਕਲੋ ਕੀ ਗੱਲ ਆ ਤੁਸੀਂ ਬਾਹਰ ਆਓ ਮੈਂ ਤੁਹਾਨੂੰ ਮੇਰੇ ਘਰ ਲੈ ਕੇ ਮੂੰਹ ਸਾਹ ਬੜਾ ਪਹਿਲਾਂ ਮੇਰੀ ਗੱਲ ਸੁਣੋ ਮੈਨੂੰ ਗੁੱਸਾ ਬੜਾ ਜਾਂਦੇ ਮੰਮੀ ਤੇ ਆ ਜਾਓ ਮਣੀ ਦੇ ਮੂੰਹ ਤੋਂ ਕੰਨਾ ਮੈਂ ਚੱਲ ਆ ਮੇਰੀ ਗੱਲ ਸੁਣੋ ਇੱਧਰ ਆਓ ਮੈਨੂੰ ਨਾ ਲੈਂਦੇ ਮੇਰੀ ਗੱਲ ਸੁਣੋ ਵੀ ਤੇਰੀ ਤੂੰ ਸੁਣਾਲਾ ਪਹਿਲਾਂ ਸਾਬਣ
जलूस कर दिंदे आ बहुत तेरा जलूस निकलिया चंगी गल करो इधर आओ भी मैं सिर खादा मेरा सौन भी नहीं देंदे मैं वेख के आना इन्हों की कह रहे यार की रौला पाया तुम की गल हुई है इन्ना सिर क्यों खांदे सारे दे दी रौला की पौना भरावा आ तेरे वाली ने अपने लिया के चंगे चंगे सूट ते बारी च रख के ते ताला ला लिया आ वेख ला मेरे वाली दे तार दी माल इदा ही गल इहो गल आ मम्मी नूं पुछ लो मेरे भी इदां दी आ तू मम्मी छड्ड दो अपनी दस नहीं इदां दी गल नहीं हैगी इदां दी गल नहीं हैगी ते ले आ इहनूं कट दे बारी च कट के खा लेना फिर लॉक ला के जाबी हर जुड़ी जे इदां दी गल नहीं मैं नहीं खाने आगे गल सुन जे इदां दी गल नहीं हैगी तू काट के दिखा दे इन्हों मैं नहीं दिखा रहे मेरे इधर ही है बस ठीक है ना मेरे ना बहस कराया करो इन्नी आ वेख ला काम मेरे वेख ला मम्मी मम्मी तू ही नहीं तानू भी पता वा तू यहां काम क्यों कर दे जे खड़ना दोनों खड़ दे नहीं तो एक नु ना खड़ दे की करा जे मैं आप कल्ली जावां इन्हां दे कपड़े ते इन्हां नु पसंद नहीं आंदे ते जे इन्हां दोनों मैं लेके जावां ते इन्हां दुकानां पसंद नहीं आंदीगा मैं ते इन्हां नु फस गई इन्हां दे विच ਮੈਂ ਚੰਗਾ ਬੜਾ ਸੁਦਾ ਸੌਣ ਨਹੀਂ ਦਿੰਦੇ ਤੁਸੀਂ ਦੁਪਹਿਰੇ ਨੂੰ ਚੱਲ ਛੱਡ ਪਰੇ ਯਾਰ ਆ ਜਾ ਨਾ ਲੈ ਦੇ ਮੈਨੂੰ ਮੈਂ ਲਿਆ ਦੂੰਗਾ ਮੈਂ ਨਹੀਂ ਆ ਵੀ ਰੱਖ ਲੈ ਫਿਰ ਤੂੰ ਆਪਣੇ ਰੱਖੋ ਮੈਂ ਨਹੀਂ ਹੁਣੇ ਬੜੇ ਰੱਡੇ ਕੁੜਤੇ ਫੜ ਆ ਵੀ ਸਾਰੇ ਫੜ ਕੇ ਨਾ ਲਮਾਰੀ 'ਚ ਰੱਖ ਦੇ ਇਹਨਾਂ ਨੂੰ ਤੇਰਾ ਹੋਰ ਰੋਲਾ ਰਹਿਣਾ ਤੇਰਾ ਸਾਰੀ ਉਮਰ ਤੇਰਾ ਪਾਲੀ ਹੁਣ ਤੁਸੀਂ ਨਾ ਕਿਉਂ ਕੋਜ ਇਹਨਾਂ ਨੂੰ ਨਹੀਂ ਇਕੱਲੀ ਪਾਲੇ ਹੁਣ ਸਾਰੇ ਪਾਲੇ ਸਾਰੇ ਪਾਲਾ ਹੁਣ ਤੂੰ ਮੈਂ ਕੀ ਕੀਤਾ ਆ ਪਾਲੇ ਰੱਖ ਇਹਨਾਂ ਨੂੰ ਮੈਂ ਨਹੀਂ ਹੁਣੇ ਉਹਨਾਂ ਦੇ ਹੋਰ ਲੈ ਆਉਣੇ ਤੂੰ ਹੁਣ ਪਾਲੀ ਸਾਰੇ ਲੈ ਆਉਣ ਇਹਨਾਂ ਦਾ ਨਹੀਂ ਰੱਜਣ ਹੁੰਦਾ ਜਿੰਨੇ ਮਰਜ਼ੀ ਵਿਆਹ ਦੀਏ ਕਿਤੇ ਅਲਮਾਰੀਆਂ ਭਰੀਆਂ ਬੈੱਡ ਬਾਕਸ ਭਰੇ ਆ ਦੁਕਾਨਾਂ ਖਾਲੀ ਕਰ ਦਿੱਤੀਆਂ ਪਰ ਇਹ ਨਹੀਂ ਰੱਜ ਸਕਦੀਆਂ ਹੈਗੀਆਂ ਇਹਨਾਂ ਨੂੰ ਜ਼ਿਆਦਾ ਜਣੀ ਨਹੀਂ ਹੁੰਦਾ ਹੈਗਾ ਕੀ ਕਰੇ ਬੰਦਾ ਇਹਨਾਂ ਦਾ ਇਲਾਜ ਮੰਮੀ ਜੀ ਵੇਖੋ ਸੋਹਣਾ ਲੱਗਾ ਨਾ ਕੁੜਤਾ ਪ੍ਰੀਤ ਨੂੰ ਸਹੀ ਨੀ ਸੋਹਣਾ ਲੱਗਾ ਮੰਮੀ ਵੇਖਿਆ ਜੇ ਜਾਣ ਕੇ ਮੈਨੂੰ ਜਾਣ ਕੇ ਸਾੜਦੀ ਆ ਸਾਰੇ ਇਹਦੇ ਕੋਲ ਹੋ ਜਾਓ ਬੜੇ ਜ਼ਿਆਦਾ ਗਏ ਆ ਨਾ ਤਾਂ ਮੈਨੂੰ ਕਦੀ ਮੰਮੀ ਵੇਖਿਆ ਜੇ ਕਿੱਦਾਂ ਦਾ ਲੱਗਦਾ ਮੇਰਾ ਇਹਦੇ ਕੋਲ ਜ਼ਿਆਦਾ ਜੋ ਹੋ ਗਿਆ ਇਹਨੇ ਮੇਰੇ ਵੀ ਰੱਖ ਲਏ ਹੈ ਨਾ ਤਾਂ ਇਹਨੂੰ ਗੱਲਾਂ ਆਉਂਦੀਆਂ ਨਹੀਂ ਨਾ 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 ਲੜਿਆ ਕਰੋ ਨਾ ਲੜਿਆ ਕਰੋ ਨਾ ਕੁੜਕੁੜ ਕਰਿਆ ਕਰੋ ਕੰਧਾਂ ਨੂੰ ਕੰਨ ਹੁੰਦੇ ਆ ਲੋਕ ਸੁਣਨਗੇ ਤਾਂ ਕੀ ਕਹਿਣਗੇ ਤੁਸੀਂ ਤਾਂ ਸਤਾ ਹੀ ਮਾਰਿਆ ਮੈਨੂੰ ਅਤੇ ਉਹਨੂੰ ਨਹੀਂ ਆਉਂਦੇ ਮੈਨੂੰ ਹੀ ਇੰਨੇ ਦਿੰਦੇ ਤੁਸੀਂ ਵੀ ਜਿਹੜੀ ਪਾ ਕੇ ਕਦੀ ਐਣੂੰ ਭੁੜਕਦੀ ਰਹਿੰਦੀ ਹੈ ਅਤੇ ਫਿਰ ਤੂੰ ਹੀ ਲੈ ਆਵੀਂ ਜਾ ਕੇ ਆਪਣੇ ਬੰਦੇ ਨਾਲ ਜਾਈਂ ਅਤੇ ਲੈ ਕੇ ਆਵੀਂ
ਵਿੱਕੀ ਵਿੱਕੀ ਉੱਠੋ ਵੀ ਉਹ ਸਹਿਜ ਭਾਜੀ ਨੂੰ ਸਮਝਾ ਲਓ ਵੀ ਕੀ ਹੋਇਆ ਹੁਣ ਉਹ ਮਹਾਜੀ ਕੁੜਤੇ ਪਜਾਮੇ ਪਾ ਕੇ ਤੇ ਮਹਾਜੀ ਮੇਰੇ ਸਾਹਮਣੇ ਕਰੀ ਐਂ ਭੜਕਦੀ ਕਰੀ ਐਂ ਭੜਕਦੀ ਕਰੀ ਮੰਮੀ ਜੀ ਮੈਂ ਤੇ ਸੋਹਣੀ ਲੱਗਣ ਦੀ ਮੰਮੀ ਜੀ ਮੈਂ ਸੋਹਣੀ ਲੱਗਣ ਦੀ ਆ ਜੇ ਮੰਨ ਲਓ ਮੈਂ ਦੇਖ ਦਿੱਤੇ ਆ ਤੇ ਪਾ ਕੇ ਖਾ ਲੱਗੀ ਮਤਲਬ ਹੋਇਆ ਸਾੜਦੀ ਰਹਿੰਦੀ ਆ ਆਹ ਮੈਂ ਨਾ ਕਰ ਲੈਣਾ ਬਾਅਦ ਚ ਗੱਲ ਮੇਰ ਨਾ ਆਖਿਓ ਮੈਂ ਉਹਨੂੰ ਫੜ ਮਾਰਨਾ ਜੀ ਗੱਜਣ ਫੜ ਕੇ ਪਹਿਲਾਂ ਆਪਣੀ ਸਿਹਤ ਵੇਖ ਕੀ ਹੋਇਆ ਮੇਰੀ ਸਿਹਤ ਨੂੰ ਉਹਨਾਂ ਪੰਗਾ ਨਾ ਲੈ ਲਈ ਮੈਂ ਛਡਾਉਣਾ ਨਹੀਂ ਆ ਗਏ ਆਹੋ ਕਿ ਤੇ ਉਹਦੀ ਸਿਹਤ ਬਹੁਤ ਆ ਗਈ ਮੈਂ ਫੜ ਵੀ ਲੈਣਾ ਜੀ ਫਿਰ ਨਾ ਆਖਿਓ ਵੀ ਤੇਰਾ ਦੋ ਕੰਮ ਆ ਇਹ ਜਾਤ ਦੀ ਕੋਰ ਗਿਰਲੀ ਤੇ ਸਤੀਰੀਆਂ ਨੂੰ ਜੱਫੇ ਮੈਂ ਛਡਾਉਣਾ ਨਹੀਂ ਥੱਲੇ ਆ ਗਈ ਤੇ ਤੂੰ ਮੇਰੀ ਸਾਈਡ ਲੈਣੀ ਕਿ ਉਹਦੀ ਸਾਈਡ ਲੈਣੀ ਪਹਿਲਾਂ ਮੈਨੂੰ ਇਹ ਦੱਸ ਦੋ ਸਾਈਡ ਮੈਂ ਭਾਵੇਂ ਤੇਰੀ ਲੈਣੀ ਆ ਪਰ ਮੈਂ ਤੈਨੂੰ ਅਜੇ ਵੀ ਸਮਝਾਉਣਾ ਤੇਰਾ ਪੰਗਾ ਨਾ ਲੈ ਲਈ ਉੱਤੇ ਬਹਿ ਗਈ ਤੇਰੇ ਤੇ ਤੇਰਾ ਮਚੂੰਗੜ ਕੱਢ ਦੇਣਾ ਉਹਨੇ ਆ ਤੇ ਉਹ ਮਾਂ ਦੇ ਸਾਰੇ ਘਰ ਗਿਆ ਦੋ ਟੋਟ ਸੀ ਨਾ ਤੂੰ ਵੀ ਦੇ ਦੇ ਸਾਰੇ ਲੈਣੀ ਮਿਲਣੀ ਹੈ ਕਹਿੰਦੇ ਜੇ ਮੰਮੀ ਮੈਨੂੰ ਕਹਿੰਦੇ ਆ ਉੱਠੋ ਉੱਠੋ ਵੀ ਰੋਕ ਜਸ ਕਰਾ ਮਤ ਚੱਲ ਮੈਂ ਕਰ ਦਿੰਦਾ ਗੱਲ ਠੀਕ ਹੈ ਤੂੰ ਮੈਂ ਕਰ ਲਾ ਮੈਂ ਤੂੰ ਤੇ ਬਹਿ ਜਾ ਮੈਂ ਗੱਲ ਕਰ ਉਹਨਾਂ ਤੇ ਸਹਿਜ ਉਹ ਸਹਿਜ ਫੋਨ ਛੱਡੋ ਗੱਲ ਸੁਣੋ ਮੇਰੀ ਹਾਂ ਦੱਸ ਮੈਂ ਨਾ ਫ੍ਰਿਜ ਦੇ ਲਾਗੇ ਲਾਗੇ ਬੈਠੀ ਨਾ ਅੱਜ ਤੇ ਸੜੀ ਗਈ ਸਵਾਹ ਹੋ ਗਈ ਸੜ ਕੇ ਮੇਰਾ ਸੂਟ ਵੇਖ ਕੇ ਇਦਾਂ ਉਹ ਕਰਦੀ ਆ ਉਹ ਤੂੰ ਹਾਂ ਲੱਛਣ ਕਿਉਂ ਕਰਦੀ ਹੁੰਨੀ ਮੈਨੂੰ ਇਹ ਦੱਸ ਪਹਿਲਾਂ ਮੈਨੂੰ ਬੜਾ ਮਜ਼ਾ ਆਉਂਦਾ ਇਦਾਂ ਕਰਕੇ ਸੱਚੀ ਤੇਰੇ ਇਹੋ ਪਖੰਡਾਂ ਨਾਲ ਨਾ ਘਰ ਲੜਾਈ ਪੈਂਦੀ ਆ ਤੂੰ ਹਾਂ ਕੰਮ ਛੱਡਦੇ ਆ ਨਾ ਕਰੇ ਘਰ ਇਹੋ ਜਿਹੇ ਕੰਮ ਮੈਨੂੰ ਸਹਿ ਸੱਚੀ ਬਹੁਤ ਮਜ਼ਾ ਆਉਂਦਾ ਫਿਰ ਤਾਂ ਮੂੰਹ ਵੇਖਣ ਵਾਲਾ ਹੁੰਦਾ ਆ ਪਤਾ ਨਹੀਂ ਤਾਂ ਕਿਉਂ ਕਰਦੀ ਆ ਤੈਨੂੰ ਮਜ਼ਾ ਆਉਂਦਾ ਤੇ ਬਾਕੀ ਜਿਹੜੇ ਖੇਡਦੇ ਸਾਰੇ ਘਰ ਲੜਾਈ ਦੀ ਇਹੋ ਤੇ ਲੜਾਈ ਦੀ ਪੌੜਾ ਤੂੰ ਪਾਉਣੀ ਸਾਰਾ ਕੁਝ ਉਹ ਵੀ ਤਾਂ ਕਰੇ ਮੇਰੇ ਨਾਲ ਕਰੇ ਉਹ ਵੀ ਇਦਾਂ ਕਰੇ ਇਦਾਂ ਮੈਨੂੰ ਤਾਂ ਗੁੱਸਾ ਨਹੀਂ ਲੱਗਣਾ ਕਿਤੇ ਸਾਨੂੰ ਨਾ ਸ਼ਾਂਤੀ ਨਾਲ ਬਹਿਣ ਦਿਓ ਘਰੇ ਤੁਹਾਡਾ ਇਹੋ ਚੱਲਦਾ ਰਹਿੰਦਾ ਵਾ ਆਪਣੇ ਮਾਰਦੇ ਰਹਿੰਦੇ ਆ ਜਾ ਜਾ ਚੱਲ ਜਾ ਸਿਰ ਨਾ ਖਾਇਆ ਕਰ ਮੇਰਾ ਤੁਸੀਂ ਵੀ ਕਦੀ ਮੇਰੀ ਕੋਈ ਗੱਲ ਸੁਣ ਲਿਆ ਕਰੋ ਜਾ ਜਾ ਚੱਲ ਜਾ ਵਿੱਕੀ ਵੱਲੋਂ ਕਿੰਨੇ ਸੁਣਦਾ ਹੁੰਦਾ ਉਹਦੀਆਂ ਤਾਂ ਹੀ ਸੁਣਿਆ ਹੀ ਨਾ ਕਰੋ ਮੇਰੀ ਸਹਿਜ ਹਾਂ ਯਾਰ ਉਹਨੂੰ ਸਮਝਾ ਕਹ ਮਣੀ ਨੂੰ ਕਿਉਂ 24 ਘੰਟੇ ਘਰ ਦੇ ਵਿੱਚ ਕਲਾ ਹੀ ਪਾ ਕੇ ਰੱਖਣੀ ਹੁੰਦੀ ਆ ਯਾਰ ਉਹਨੂੰ ਮੈਂ ਕੀ ਸਮਝਾਵਾਂ ਤੂੰ ਵੀ ਸਮਝਾ ਆਪਣੇ ਨੂੰ ਥੋੜੀ ਘੱਟ ਕਰਿਆ ਕਰੇ ਉਹ ਵੀ ਹਰ ਗੱਲ ਤੇ ਸੜਦੀ ਰਹਿੰਦੀ ਆ ਜੇ ਉਹਨੇ 4 ਸੂਟ ਲੈ ਹੀ ਆਂਦੇ ਤੇ ਫਿਰ ਕੀ ਹੋ ਗਿਆ ਯਾਰ ਸੂਟਾਂ ਦੀ ਗੱਲ ਨਹੀਂ ਆ ਚੱਲ ਲੈ ਆਉਂਦੇ ਆ ਕੋਈ ਗੱਲ ਨਹੀਂ ਆ ਹੁਣ ਪਾ ਕੇ ਵਿਖਾਲ ਕੇ ਲਾਗੋਂ ਦੀ ਐ ਲੰਘਦੀ ਆ ਮੜਕ ਮੜਕ ਕੇ ਤੇ ਅਗਲੀ ਨੂੰ ਗੁੱਸਾ ਤੇ ਆਉਣਾ ਹੀ ਆ ਯਾਰ ਉਹ ਮੈਂ ਤੇਰੀ ਗੱਲ ਮੰਨਦਾ ਪਰ ਉਹਨੂੰ ਥੋੜਾ ਸਲੀਕਾ ਸਿਖਾਣਾ ਵੀ ਇਦਾਂ ਨਾ ਖਿਜਿਆ ਕਰੇ ਜੇ ਉਹ ਇਦਾਂ ਕਰਦੀ ਤੇ ਉਹ ਨਾ ਖਿਜਿਆ ਕਰੇ ਫਿਰ ਯਾਰ ਹੁਣ ਮੈਂ ਤੈਨੂੰ ਕੀ ਦੱਸਾਂ ਉਹਦਾ ਸੁਭਾਅ ਹੀ ਇਦਾਂ ਦਾ ਵਾ ਨਹੀਂ ਥੋੜੀ ਮੇਰੀ ਥੋੜੀ ਗਲਤੀ ਯਾਰ ਤੂੰ ਥੋੜਾ ਸਮਝਾ ਹਾਂ ਉਹਨੂੰ ਹੁਣ ਮੰਮੀ ਵੀ ਇੰਨਾ ਸਮਝਾਉਂਦੇ ਆ ਤੂੰ ਵੀ ਇੰਨਾ ਸਮਝਾਉਣਾ ਪਰ ਸਮਝਦੀ ਕਿਤੇ ਹੋ ਮੈਂ ਤਾਂ ਬਥੇਰਾ ਸਮਝਾਉਣਾ ਨਾ ਉਹਨੂੰ ਵੱਡੇ ਨਾਲ ਉਹਦੇ ਨਾਲ ਪਰ ਚੱਕਰੇ ਹੁਣ ਮੈਂ ਤੈਨੂੰ ਆ ਕੇ ਕਹੂੰਗਾ ਜੇ ਉਹ ਆਖੇ ਲੱਗ ਜੂਗੀ ਤੇ ਫੇਰ ਹੀ ਉਹ ਚੱਲ ਸੁਧਰੂਗੀ ਥੋੜੀ ਯਾਰ ਤੈਨੂੰ ਹਰ ਵਾਰੀ ਉਹਦੇ 'ਚ ਗਲਤੀ ਲੱਗਦੀ ਆ ਤੂੰ ਆਪਣੀ ਨਾਲ ਦੀ 'ਚ ਨਾ ਗਲਤੀ ਕੱਢਿਆ ਕਰ ਯਾਰ ਤੂੰ ਕਰਦਾ ਆਪਣੀ ਗਲਤੀ ਮੈਨੂੰ ਇਹ ਦੱਸ ਪਹਿਲੋ ਕੀ ਕੁੱਕੜਾ ਖਵਾਈ ਲਾਈ ਆ ਤੁਸੀਂ ਤੁਹਾਨੂੰ ਸ਼ਰਮ ਨੀ ਆਉਂਦੀ ਆ ਨੀ ਹਟਦਾ ਆ ਲਾਗੇ ਕੀ ਲੋਕ ਕਹਿਣਗੇ ਕੰਧਾਂ ਨਾਲ ਲੱਗੇ ਹੁੰਦੇ ਲੋਕੀ ਕੰਧਾਂ ਨੂੰ ਹੀ ਕੰਨ ਹੁੰਦੇ ਆ ਏਦਾਂ ਨਾ ਕਰਿਆ ਕਰੋ ਤੁਸੀਂ ਤਾਂ ਦੁਖੀ ਕਰ ਛੱਡਿਆ ਮੈਨੂੰ ਮਾਤਾ ਲਾ ਕੇ ਰਖਾ ਲਿਆ ਇਹਨਾਂ ਨੇ ਮਾਂ ਕੀ ਕਰਨੀ ਇਹਦੇ ਪਿਓ ਨਾਲ ਗੱਲ ਗੱਲ ਸੁਣੋ ਮੇਰੀ ਤੁਸੀਂ ਵੀ ਕਿਤੇ ਹਿੱਸਾ ਲੈ ਲਿਆ ਕਰੋ ਮੇਰੀ ਤਾਂ ਇਹਨਾਂ ਜਾਨ ਖਾ ਲਈ ਆ ਔਲਾਦ ਤੁਹਾਡੀ ਨੇ ਇੰਨਾ ਦੁਖੀ ਕੀਤਾ ਇਹਨਾਂ ਨੂੰ ਬਾਹਰ ਅੰਦਰ ਕਿਤੇ ਕੰਮ ਕਰਨ ਵਾਸਤੇ ਲੈ ਜਾ ਕਰੋ ਆਪੇ ਕਰ ਲੈਣਗੇ ਆਪਣੀ ਲੋੜ ਨੂੰ ਪਰ ਮੈਂ ਇਹਨਾਂ ਦੀ ਗੱਲ 'ਚ ਨਹੀਂ ਹੋਣਾ ਤੂੰ ਜ਼ਿਆਦਾ ਲੋਕਾਂ ਦੀਆਂ ਸੁਣਨੀ ਆ ਕੰਧੀ ਬਰੂਈ ਲੱਗੇ ਤੈਨੂੰ ਨੀ ਪਤਾ ਵੀ ਆਪਣੇ ਘਰ ਚ ਵੀ ਇਹ ਗੱਲ ਆ ਸਕਦੀ ਆ ਉਦੋਂ ਤੂੰ ਆ ਕੇ ਬੜੇ ਸਵਾਦ ਲਾਲਾ ਦੱਸਦੇ ਨੀ ਹੈ ਫਲਾਣੇ ਦੇ ਘਰ ਇੱਦਾਂ ਹੁੰਦੇ ਆ ਢਿੰਗਲੇ ਦੇ ਘਰ ਇੱਦਾਂ ਹੁੰਦੇ ਆ ਤੈਨੂੰ ਪਤਾ ਨਹੀਂ ਕਿ ਆਪਣੇ ਘਰ ਵੀ ਆ ਸਕਦਾ ਕੰਮ ਤੁਹਾਨੂੰ ਪਤਾ ਲੱਗਾ ਕਿ ਨਹੀਂ